ਤਾਂ ਕਿ ਵਾਕਮਾ ਅਫਟਰ ਦ ਬ੍ਰੇਕ ਆਮ ਇਨ ਕਨਵਰਸੇਸ਼ਨ ਵਿਕਾਕਾ ਬੈਨੀਆ ਵਾਲਾ ਸਾਡੇ ਬਾਜੀ ਹੁਣ ਆਈਐਸ ਟੂਡੀ ਦੇ ਵਿੱਚ ਬਟ ਬਿਫੋਰ ਆ ਜਸਟ ਮੈਂ ਗੱਲ ਈਮੇਲ ਆਈਸੀ ਕਾਫੀ ਦੇਰ ਹੋ ਗਈ ਉਹ ਬਾਜੀ ਸੁਬਾਸ਼ ਬਾਜੀ ਹੈ ਇਸ ਤੋਂ ਆਏ ਸਨ ਔਰ ਉਹਨਾਂ ਨੇ ਈਮੇਲ ਕੀਤਾ ਕਿ ਜਿੱਥੇ ਜਿੱਥੇ ਸੁਖੀ ਸਾਹਿਬ ਕਹਿੰਦੇ ਕਿ ਤੁਸੀਂ ਅੱਜ ਕੱਲ ਦੇ ਸੰਗੀਤ ਦੀ ਗੱਲ ਕਰਦੇ ਆ ਉੱਥੇ ਉੱਥੇ ਪੁਰਾਣੇ ਸੰਗੀਤ ਦੀ ਵੀ ਗੱਲ ਕਰੋ ਦ ਲਾਈਕਸ ਆਫ ਸਿਰਿੰਦਰ ਕੌਰ ਜੀ ਪ੍ਰਕਾਸ਼ ਕੌਰ ਜੀ ਦ ਲਾਈਕਸ ਆਫ ਜਿਹੜੇ ਸ਼ਾਇਰ ਸ਼ਿਵ ਕਮਾਲ ਬਟਾਲਵੀ ਸਾਹਿਬ ਔਰ ਮਨਮੋਨ ਸਿੰਘ ਜਿਹੜੇ ਮੇਰੇ ਔਰ ਤੁਸੀਂ ਕਾਕੇ ਜੀ ਉਹਨਾਂ ਨੇ ਵੀ ਗੱਲ ਬਾਤ ਜਿਹੜਾ ਤੁਸੀਂ ਮੈਸੇਜ ਭੇਜਿਆ ਕੱਕ ਭਾਜੀ ਭਾਜੀ ਹੁਣੇ ਕਹਿੰਦੇ ਕਿ ਜਿਹਨਾਂ ਪੁਰਾਣੇ ਜ਼ਮਾਨੇ ਦੇ ਵਿੱਚ ਸਰਿੰਦਰ ਕੌਰ ਜੀ ਪ੍ਰਕਾਸ਼ ਕੌਰ ਜੀ ਹੁਣੇ ਗਾਉਂਦੀਆਂ ਸੀ ਔਰ ਉਹ ਵਿਆਹ ਦੀ ਉਹਨਾਂ ਨੇ ਇੰਟਰਡਿਊਸ ਕੀਤੀਆਂ ਸਿੱਠਣੀਆਂ ਆ ਔਰ ਸੁਹਾਗ ਔਰ ਉਹਨਾਂ ਨੇ ਈਮੇਲ ਸਾਨੂੰ ਭੇਜਿਆ ਕਿ ਕਿਉਂ ਨਹੀਂ ਤੁਸੀਂ ਇਕੱਠੇ ਹੋ ਕੇ ਕੋਈ ਇਦਾਂ ਦੀ ਕੋਈ ਚੀਜ਼ ਬਣਾਓ ਤੁਸੀਂ ਫਿਊਚਰ ਦੇ ਵਿੱਚ ਹੋ ਸਕਦਾ ਕਿ ਤੁਸੀਂ ਇਦਾਂ ਦੀ ਕੋਈ ਇਕੱਠੀ ਸੁਹਾਗਾਾਂ ਦੇ ਤੌਰ ਤੇ ਜਾਂ ਸਿੱਠਣੀਆਂ ਦੇ ਤੌਰ ਤੇ ਤੁਹਾਡੇ ਕੋਲ ਸੰਗੀਤ ਆਵੇ ਹਾਂਜੀ ਸਾਡੀ ਸੋਚ ਤਾਂ ਬਹੁਤ ਲੰਬੀ ਹੈ ਜਿੱਦਾਂ ਅਸੀਂ ਅਗਲੀ ਟਿੱਪਾਂ ਦੇ ਵਿੱਚ ਜੋ ਵੀ ਮੇਰੀਆਂ ਰਿਲੀਜ਼ ਹੋ ਰਹੀਆਂ ਨੇ ਉਹਨਾਂ ਦੇ ਵਿੱਚ ਆਉਣ ਵਾਲੀ ਟੇਪ ਦੇ ਵਿੱਚ ਇੱਕ ਮੈਂ ਲੋਹੜੀ ਦਾ ਗੀਤ ਆ ਕੁਸ ਪਿੱਛੇ ਪਿਛਲੀ ਵਾਰ ਮੈਂ ਇੱਥੇ ਵੀਡੀਓ ਤਿਆਰ ਕਰਕੇ ਗਿਆ ਭਾਗਾਵਾਲੇ ਨੇ ਮਨਾਉਂਦੇ ਪੁੱਤਾਂ ਦੀਆਂ ਲੋਹੜੀਆਂ ਲੋਹੜੀ ਦਾ ਗੀਤ ਉਸੇ ਟਾਈਮ ਉਸ ਟਾਈਮ ਦੀ ਗੱਲ ਕਰੀਏ ਕਿ ਭਾਗਾਵਾਲੇ ਜਦੋਂ ਕਿਸੇ ਦੇ ਪੁੱਤ ਨਹੀਂ ਹੁੰਦਾ ਤਾਂ ਕਿਸੇ ਨੇ ਲੇਖਣ ਵਾਲੇ ਨੇ ਇਹ ਲਿਖਿਆ ਰਾਣੇ ਮੌਲੇ ਵਾਲੇ ਨੇ ਕਿ ਭਾਗਾਵਾਲੇ ਨੇ ਮਨਾਉਂਦੇ ਪੁੱਤਾਂ ਦੀਆਂ ਲੋੜੀਆਂ ਜਿਹਦੀ ਕਿਸਮਤ ਦੇ ਵਿੱਚ ਪੁੱਤ ਹੈ ਤਾਂ ਲੋੜੀ ਤਾਂ ਉਹੀ ਮਨਾ ਸਕਦਾ ਜਿਹਦੀ ਕਿਸਮਤ ਦੇ ਵਿੱਚ ਨਹੀਂ ਉਹ ਨਹੀਂ ਮਨਾ ਸਕਦਾ ਬਾਕੀ ਸਰਿੰਦਰ ਕੌਰ ਤੇ ਪ੍ਰਕਾਸ਼ ਕੌਰ ਇਹਨਾਂ ਦਾ ਤਾਂ ਕੀ ਕਹਿਣਾ ਜੀ ਇਹਨਾਂ ਦਾ ਤਾਂ ਅਸੀਂ ਚਰਨਾ ਦੀ ਤੂਰ ਜੈ ਵੀ ਹੈ। ਆਪਕ ਸਰਿੰਦ ਕੌਰ ਜੀ ਉਹਨਾਂ ਨੇ ਕੋਇਲ ਆਫ ਪੰਜਾਬ ਉਹਨਾਂ ਨੂੰ ਬਿਲਕੁਲ ਜੀ ਬਿਲਕੁਲ ਕੋਇਲ ਹੈ ਜੀ ਕੋਇਲ। ਦਤ ਦਿੱਤਾ ਗਿਆ ਔਰ ਸੱਚਮੁੱਚ ਉਹਨਾਂ ਦੀ ਬੜੀ ਦੇਣ ਹੈ ਪੰਜਾਬੀ ਜ਼ਬਾਨ ਨੂੰ। ਭਾਈ ਤੁਹਾਡੀ ਗਾਇਕੀ ਦਾ ਸਟਾਈਲ ਵੀ ਇੱਕ ਬੜਾ ਹੀ ਅਨਮੋਲ ਹੈ, ਇੱਕ ਬੜਾ ਹੀ ਵੱਖਰਾ ਸਟਾਈਲ ਹੈ। ਤੁਸੀਂ ਬੜੀ ਉੱਚੀ ਸੁਰ ਤੇ ਗਾਉਂਦੇ ਹੋ। ਇਸ ਦੇ ਬਾਰੇ ਸਾਨੂੰ ਥੋੜਾ ਜਿਹਾ ਦੱਸੋ ਕਿ ਇਹ ਤੁਸੀਂ ਤੁਹਾਡੀ ਆਵਾਜ਼ ਹੀ ਇਦਾਂ ਦੀ ਜਾਂ ਤੁਸੀਂ ਫੈਸਲਾ ਕੀਤਾ ਕਿ ਮੈਂ ਉੱਚਾ ਹੀ ਗਾਵਾਂਗਾ? ਇਸ ਦੇ ਬਾਰੇ ਥੋੜੀ ਜਿਹੀ ਜਾਣਕਾਰੀ ਦਿਓ। ਦੇਖੋ ਜੀ ਮੈਂ ਫੈਸਲਾ ਨਹੀਂ ਕਿ ਜਦੋਂ ਮੈਂ ਆਮ ਨੋਰਮਲ ਗੱਲ ਕਰਦਾ ਕਿ ਮੈਂ ਗੱਲ ਗ੍ਰਾਮ ਦੇ ਵਿੱਚ ਕਰਦਾ ਜ ਕੋਈ ਮੈਂ ਆਵਾਜ਼ ਆਪਣੀ ਬਣਾ ਕੇ ਨਹੀਂ ਕੱਢਦਾ ਹੈਗਾ ਜੋ ਮੈਂ ਅੱਜ ਉੱਚੀ ਗਾ ਰਿਆਂ ਸਿਰਫ ਸਰੋਤਿਆਂ ਦੀ ਬਦੌਲਤ ਠੀਕ ਆ ਜੀ ਜੋ ਸਰੋਤੇ ਚਾਹਵਾਨ ਨੇ ਮੇਰੀ ਉੱਚੀ ਗਉਣ ਨਾਲ ਤੇ ਮੈਂ ਇਹ ਆਵਾਜ਼ ਮੇਰੀ ਦਿਲੋਂ ਨਿਕਲਦੀ ਹੈ ਕੋਈ ਇਹ ਨਹੀਂ ਮੈਂ ਬਣਾ ਕੇ ਆਵਾਜ਼ ਨਹੀਂ ਕੱਢਦਾ ਹੈਗਾ ਜਦੋਂ ਮਰਜ਼ੀ ਕਿਤੇ ਵੀ ਮੈਨੂੰ ਚਾਹੇ ਬੇਸ਼ੱਕ ਜੋ ਮਰਜ਼ੀ ਮੇਰੀ ਸਿਹਤ ਡਾਊਨ ਆ ਜਾਂ ਤਕੜੀ ਆ ਜਾਂ ਮਾੜੀ ਆ ਤਾਂ ਮੇਰੀ ਆਵਾਜ਼ ਸੁਣ ਕੇ ਆਵਾਜ਼ ਉੱਥੇ ਨਿਕਲੂਗੀ ਹਾਂ 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 ਠੀਕ ਹੈ ਜੀ ਸਿਰਫ ਆਵਾਜ਼ ਮੇਰੀ ਆਪ ਨਹੀਂ ਬਣਾਈ ਗਈ ਸਿਰੋਤਿਆਂ ਨੇ ਬਣਾਈ ਹੈ ਹਾਂ ਹਾਂ ਕਿ ਕਿ ਇਦਾਂ ਵੀ ਸੋਚ ਸਕਦੇ ਕਿ ਜਿਹੜਾ 뮤ਜ਼ਿਕ ਵਾਲਾ ਉਹਨੇ ਸੋਰ ਚੱਕ ਦਿੱਤੀ ਜਾਂ ਕਲੀਨ ਕਰਕੇ ਕਰ ਦਿੱਤੀ ਤੁਹਾਡੀ ਵੈਸੇ ਆਵਾਜ਼ ਹੈ ਹੀ ਗਾਉਣ ਦੇ ਉੱਤੇ ਉੱਚੀ ਹੈ ਤੁਸੀਂ ਕਾਫੀ ਉੱਚੇ ਗਾਉਨੇ ਹੈ ਹਾਂ ਜੀ ਹਾਂ ਜੀ ਨਾ ਤਾਂ ਮੈਰੀ ਕੋ ਜਿੰਨੀਆਂ ਵੀ ਟੇਪਾਂ ਆਈਆਂ ਨਾ ਆਟੋ ਟਿਊਨ ਮੈਂ ਲਾਉਣ ਦਿਨਾ ਹਾਂ ਤੇ ਨਾ ਹੀ ਸੰਗੀਤਕਾਰ ਵੀ ਸੂਝਵਾਨ ਬਹੁਤ ਨੇ ਕਿ ਅਮਨਹਿਰ ਜੀ ਤੇ ਸਾਡੇ ਸਪੈਸ਼ਲਿਸਟ ਸਕੂਲ ਜੀ ਜੀ ਜਿਨ੍ਹਾਂ ਨੇ ਮਿਊਜ਼ਿਕ ਅੰਮ੍ਰਿਤ ਭਾਜੀ ਤੇ ਇਹਨਾਂ ਨੇ ਮੇਰੀ ਟਿਪਾਂ ਦਾ ਮਿਊਜ਼ਿਕ ਤਿਆਰ ਜਿਨ੍ਹਾਂ ਨੇ ਕੀਤਾ ਤਾਂ ਇਹਨਾਂ ਨੇ ਵੀ ਕਦੇ ਵੀ ਇਹ ਨਹੀਂ ਕਿਹਾ ਵੀ ਕਾਕੇ ਦੀ ਸੁਰ ਥੋੜੀ ਜੁੱਚੀ ਕਰ ਦਈਏ ਬਈ ਥੱਲੇ ਗਾਰ ਹੈ ਇਹ ਅਚਾਨਕੀ ਕੁਦਰਤ ਦੀ ਉਸ ਮਾਲਕ ਦੀ ਦੇਣ ਹੈ ਜਿਸ ਦੀ ਅਸ਼ੀਰਵਾਦ ਸਦਕਾ ਮੈਂ ਸ਼ੁਰੂ ਹੀ ਮੈਂ ਅ ਤੀਜੇ ਕਾਲੇ ਤੋਂ ਹੀ ਕਰਦਾ ਕੀ ਬਾਤ ਹੋਰ ਤੁਹਾਡੇ ਤਿੰਨ ਘੰਟੇ ਨਿਕਲ ਜਾਂਦੇ ਲਾਈਵ ਪ੍ਰੋਗਰਾਮ ਵੀ ਤੁਸੀਂ ਅੱਜ ਕੱਲ ਕਰ ਦੋਵੇਂ ਉਸ ਉੱਚੀ ਸੁਰ ਤੇ ਹਾਂਜੀ ਬਿਲਕੁਲ ਮੈਂ ਲਾਈਵ ਪ੍ਰੋਗਰਾਮ ਵੀ ਕਰਦਾ ਅਤੇ ਮੈਂ ਡੀਜੇ ਮੈਂ ਪ੍ਰੋਗਰਾਮ ਵੀ ਕਰਦਾ ਠੀਕ ਹੈ ਕਿ ਨਹੀਂ ਕਿਉਂਕਿ ਕਈ ਵਾਰੀ ਕੋਈ ਐਸੀ ਮਜਬੂਰੀ ਆ ਜਾਂਦੀ ਹੈ ਜ਼ਰੂਰੀ ਕਰਨਾ ਵੀ ਪੈਂਦਾ ਸਾਨੂੰ ਠੀਕ ਹੈ ਜੀ ਤੇ ਮੇਰਾ ਆਪਣਾ ਬੈਂਡ ਵੀ ਹੈ ਤਾਂ ਕਈ ਮਜਬੂਰੀ ਕਾਰਨ ਮੈਨੂੰ ਅ ਡੀ ਜੇ ਤੇ ਵੀ ਸ਼ੋਅ ਕਰਨੇ ਪਏ ਪੀਏ ਜਾਣ ਕੇ ਪੀਏ ਤੇ ਹਾਂ ਜੀ ਮੈਂ ਕਰ ਦਿੰਦਾ ਠੀਕ ਔਰ ਤੁਸੀਂ ਜ਼ਿਕਰ ਕੀਤਾ ਸਪੈਸ਼ਲਿਸਟ ਅੰਡ ਦ ਟ੍ਰੂ ਸਕੂਲ ਦਾ ਤੁਸੀਂ ਉਹਨਾਂ ਦੀ ਗੱਲ ਕੀਤੀ ਆ ਔਰ ਮੈਂ ਥੋੜੀ ਜਿਹੀ ਲੇਟ ਕਰਨੀ ਸੀ ਗੱਲ ਉਹਨਾਂ ਦੇ ਨਾਲ ਤੁਹਾਡੇ ਬੜੇ ਟੌਪ ਦੇ ਗੀਤ ਆ ਸਾਨਨੇ ਵਾਲਾ ਚੌਂਕ ਆਇਆ ਔਰ दारू ਪੀ ਕੇ दारू ਪੀ ਯੂ ਨਾ ਵੱਜਦੇ ਰਹਿਣਗੇ ਔਰ ਜਿੱਥੇ ਵੀ ਤੁਸੀਂ ਜਾਓ ਜ਼ਰੂਰ ਵੱਜਦਾ ਹੈ ਉਹਨਾਂ ਦੇ ਬਾਰੇ ਦੱਸਿਓ ਕਿ ਤੁਹਾਡੇ ਉਹਨਾਂ ਦੇ ਨਾਲ ਕਿਵੇਂ ਕਨੈਕਸ਼ਨ ਹੋਇਆ ਦੇਖੋ ਜੀ ਉਹਨਾਂ ਦੇ ਨਾਲ ਬਾਜ਼ਾਰ ਰਿਕਾਰਡਸ ਕੰਪਨੀ ਨਾਲ ਮੇਰਾ ਕੰਟੈਕਟ ਹੋਇਆ ਅੱਛਾ ਕਿ ਉਹਨਾਂ ਦੇ ਉਹ ਸੰਗੀਤਕਾਰ ਨੇ ਠੀਕ ਹੈ ਜੀ ਇਹਨਾਂ ਕੋਲੇ ਮੇਰੇ ਗੀਤ ਗਏ ਠੀਕ ਆ ਜੀ ਇਹਨਾਂ ਨਾਲ ਮੇਰਾ ਕੰਟੈਕਟ ਸੀ ਤੇ ਇਹਨਾਂ ਨੇ ਅੱਗੇ ਉਹਨਾਂ ਤੋਂ ਸੰਗੀਤ ਜ ਇੱਕ ਦੋ ਗੀਤ ਜਿਹੜਿਆਂ ਦਾ ਸੰਗੀਤ ਤਿਆਰ ਕਰਿਆ ਉਹ ਟੂ ਸਕੂਲ ਵਾਲਿਆਂ ਨੇ ਅਤੇ ਮੈਨੂੰ ਭਾਈ ਨੇ ਤਿਆਰ ਕਰਕੇ ਰਿਲੀਜ਼ ਕਰਿਆ ਜਿੱਦਾਂ دارو ਪੀ ਕੇ ਜੱਟ ਮੁੱਕ ਦੇ ਮਾਰ ਦੇ ਗਲੀ ਚ ਲਲਕਾਰ ਜਿੱਤੇ ਕਰਕੇ ਥੋੜੇ ਇੰਡਸਟਰੀ ਦੇ ਵਿੱਚ ਸੀ ਕਿ ਤੁਹਾਡੀ ਜਿਹੜੀ ਨੈਕਸਟ ਐਲਬਮ ਆਵੇਗੀ ਤੁਹਾਡੀ ਸੋਲੋ ਐਲਬਮ ਆਵੇਗੀ ਵੀ ਉਹ ਸਪੈਸ਼ਲਿਸ ਦਾ ਦੇ ਟru ਸਕੂਲ ਆ I think ਵੀ ਕਹਿੰਦੇ ਸੀ ਕਿ ਅਸੀਂ ਪ੍ਰਿਪੇਅਰ ਕਰਕੇ ਕਰਾਂਗੇ ਪਰ ਦੈਨ ਸੁਖ ਦੇ ਨਾਲ ਸਾਡੀ ਗੱਲ ਹੋਈ ਉਹ ਕਹਿੰਦੇ ਨੇ ਕਾਕਾ ਨੈਵਰ ਅਗੇਨ ਸਾਡੀ ਐਲਬਮ ਤੇ ਆਊਗਾ ਉਹਦੇ ਬਾਰੇ ਕੀ ਤੁਹਾਡਾ ਵਿਚਾਰ ਦੇਖੋ ਜੀ ਜਿਹੜੀ ਨਵੀਂ ਐਲਬਮ ਮੇਰੀ ਆ ਰਹੀ ਹੈ ਇਹਦੇ ਵਿੱਚ ਕੱਲਾ ਟru ਸਕੂਲ ਵਾਲਿਆਂ ਦਾ ਕੋਈ ਐਸਾ ਯੋਗਦਾਨ ਨਹੀਂ ਹੈ ਇਦੇ ਵਿੱਚ ਇੱਕ ਦੋ ਗੀਤਾਂ ਦਾ ਮਿਊਜ਼ਿਕ ਉਹਨਾਂ ਨੇ ਦਿੱਤਾ ਅਤੇ ਅਮਨ ਹੀਰ ਭਾਜੀ ਨੇ ਵੀ ਤੇ ਇਸ ਦੇ ਨਾਲ ਅਮਰਤ ਭਾਜੀ ਨੇ ਵੀ ਤੇ ਸਾਡੇ ਜੱਸੀ ਬ੍ਰਦਰ ਗੜ ਸ਼ੰਕਰ ਇੰਡੀਆ ਤੋਂ ਜਿਨ੍ਹਾਂ ਨੇ ਮੇਰੇ ਗੀਤਾਂ ਨੂੰ ਸੰਗੀਤ ਨਾਲ ਸ਼ਿੰਗਾਰਿਆ ਉਹ ਜਲਦੀ ਤੋਂ ਜਲਦੀ ਮੈਂ ਸਰੋਤਿਆਂ ਦੇ ਰੂਬਰੂ ਕਰ ਰਹੇ ਆ ਆਪਣੀ ਨਵੀਂ ਐਲਬਮ ਸੋ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੱਕ ਭਾਜੀ ਕੀ ਇਹਦਾ ਮਤਲਬ ਇਹ ਕਿ ਤੁਹਾਡੀ ਸੋਲੋ ਐਲਬਮ ਹੀ ਆਇਆ ਕਰੂਗੀ ਵੀ ਹੁਣ ਇਦਾਂ ਨਹੀਂ ਵੀ ਇੱਕ ਗੀਤ ਇੱਥੇ ਤੇ ਇੱਕ ਗੀਤ ਉੱਥੇ ਤੇ ਇੱਕ ਗੀਤ ਇੱਥੇ ਇਹ ਤੁਸੀਂ ਫੈਸਲਾ ਕਰ ਲਿਆ ਜਾਂ ਹੱਲੇ ਵੀ ਆ ਸਕਦੇ ਹੋਰ ਗੀਤ ਦੇਖੋ ਜੀ ਜਿਹੜੇ ਮੇਰੇ 2 4 ਜਾਂ ਜਿੰਨੇ ਵੀ ਥੋੜੇ ਬਹੁਤੇ ਗੀਤ ਆਏ ਨੇ ਉਹ ਵੀ ਮੈਂ ਆਪਣੀ ਲਾਈਫ ਲਈ ਕਰੇ ਸੀ ਕਿਉਂਕਿ ਅੱਜ ਤੁਸੀਂ ਦੇਖ ਰਹੇ ਹੋ ਤੂੰ ਕਿਹਦੇ ਤੇ ਮਰ ਗਈ ਮੈਨੂੰ ਦੱਸ ਦੇ ਸੋਹਣੇ ਮੇਰਾ ਇੱਕ ਸੌਂਗ ਆਇਆ ਸੀ ਇਹਦੇ ਨਾਲ ਮੇਰਾ ਨਾਮ ਹੀ ਬਣਿਆ ਠੀਕ ਹੈ ਜੀ ਇੱਕ ਹੋਰ ਚੱਲ ਰਿਹਾ ਸਾਡੀ ਪੀਤੀ ਲੈ ਜਾਊਗੀ 21 ਪਾਈ ਨੇ ਤਿਆਰ ਕਰਿਆ ਸੀ ਠੀਕ ਹੈ ਨਾ ਅੱਗੇ ਤੂੰ ਜੋ ਵੀ ਮੇਰੀਆਂ ਟੇਪਾਂ ਆਉਣਗੀਆਂ ਮੇਰੇ ਸੋਲੋ ਟੇਪਾਂ ਬਾਜ਼ਾਰ ਰਿਕਾਰਡਰਸ ਕੰਪਨੀ ਰਿਲੀਜ਼ ਕਰਨੀ ਜੀ ਸੋ ਉਹਨਾਂ ਦੇ ਨਾਲ ਹੀ ਆ ਫਿਰ ਸੋ ਹੁਣ ਤੁਸੀਂ ਸੋਚ ਕੇ ਹੈ ਸਟੈਪ ਕੀਤਾ ਸਾਇਨ ਕੀਤੇ ਹਨ ਬੇਦਨ ਹੋਵੇ 4-5 ਸਾਲ ਪਹਿਜਣ ਤੇ ਯੂ ਨੋ ਕਾਕਾ ਭਾਜੀ ਨੇ ਹੱਲੇ ਤੇ ਹੱਲੇ ਵੀ ਨਹੀਂ ਰਿਲੀਜ਼ ਕੀਤੇ ਇਹ ਪੈਣੀ ਵਾਲੇ ਨੇ ਕਦੇ ਸੋਚਿਆ ਵੀ ਨਹੀਂ ਜੀ ਕਿ ਬੇਨਾ ਆਉਗੀ ਠੀਕ ਹੈ ਬਿਲਕੁਲ ਤੇ ਆਵਰ I थिंक ਪੋਜ਼ਿਟਿਵ ਜਾਨੀ ਕਿ ਨੈਗੇਟਿਵ ਨਹੀਂ ਜਾਨੀ ਕਿ ਸੋਚਣਾ ਭਾਜੀ ਜਿਹੜੇ ਪ੍ਰੋਡਿਊਸਰ ਆ ਤੁਸੀਂ ਇੰਡੀਆ ਦੇ ਪ੍ਰੋਡਿਊਸਰਾਂ ਦੇ ਨਾਲ ਕੰਮ ਕਰਨ ਦੇ ਵਿੱਚ ਤੁਹਾਨੂੰ ਆਨੰਦ ਆਉਂਦਾ ਜਾਂ ਯੂਕੇ ਦੇ ਪ੍ਰੋਡਿਊਸਰਾਂ ਦੇ ਨਾਲ ਕੰਮ ਕਰਨ ਨੂੰ ਤੁਹਾਨੂੰ ਦੇਖੋ ਜੀ ਮੇਰਾ ਤਾਂ ਯੂਕੇ ਦੇ ਪ੍ਰੋਡਿਊਸਰਾਂ ਨਾਲ ਕੰਮ ਕਰਨ ਦਾ ਬਹੁਤ ਜ਼ਿਆਦਾ ਇਨਾ ਬਾਕੀ ਇਹਨਾਂ ਦਾ ਮੇਰੇ ਤੇ ਇੰਨਾ ਯੋਗਦਾਨ ਹੈ ਕਿ ਜੋ ਮੇਰੀਆਂ ਟੇਪਾਂ ਚੱਲੀਆਂ ਨੇ ਤੇ ਯੂਕੇ ਦੇ ਤੁਹਾਨੂੰ ਚੱਲੀਆਂ ਨੇ ਜੀ ਕੋਈ ਐਸੀ ਗੱਲ ਨਹੀਂ ਇਹਨਾਂ ਨਾਲ ਕੰਮ ਕਰਨ ਦਾ ਮੈਨੂੰ ਬਹੁਤ ਜ਼ਿਆਦਾ ਮਜ਼ਾ ਆਉਂਦਾ ਜੀ ਔਰ ਇਸ 뮤ਜ਼ਿਕ ਤੇ ਤੁਸੀਂ ਇੰਡੀਆ ਦੇ 뮤ਜ਼ਿਕ ਦੇ ਵਿੱਚ ਕੀ ਡਿਫਰੈਂਸ ਸੋਚਦੇ ਹੋ ਕਿਉਂਕਿ ਅੱਜ ਕੱਲ ਇੰਡੀਆ ਦਾ ਵੀ 뮤ਜ਼ਿਕ ਇੱਥੇ ਕਾਫੀ ਚੱਲ ਰਿਹਾ ਔਰ ਚੰਗੀ ਤਰ੍ਹਾਂ ਚੱਲ ਰਿਹਾ ਹੈ ਦੇਖੋ ਜੀ ਇੰਡੀਆ ਦਾ 뮤ਜ਼ਿਕ ਇੱਥੇ ਵੀ ਚੱਲ ਰਿਹਾ ਹੈ ਇੱਥੇ ਦਾ 뮤ਜ਼ਿਕ ਇੰਡੀਆ ਵੀ ਚੱਲ ਰਿਹਾ ਹੂੰ 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 ਕੁਇ ਜ਼ਰੂਰੀ ਨਹੀਂ ਕਿ ਇੰਡੀਆ ਦਾ ਇੱਥੇ ਚੱਲ ਰਿਹਾ ਐਸੇ ਸੰਗੀਤਕਾਰ ਇੱਥੇ ਬੈਠੇ ਨੇ ਕਿ ਜਿਨ੍ਹਾਂ ਨੇ ਐਸਾ ਸੰਗੀਤ ਪੇਸ਼ ਕਰਦੇ ਨੇ ਕਿ ਇੰਡੀਆ ਦੇ ਵਿੱਚ ਵੀ ਉਹੀ ਸੰਗੀਤ ਉਹੀ ਯੂਕੇ ਦੇ ਵਿੱਚ ਉਹੀ ਕੈਨੇਡਾ ਦੇ ਵਿੱਚ ਅ ਮੈਂ ਪਿੱਛੇ ਦੀ ਕੈਨੇਡਾ ਦੇ ਵਿੱਚ ਵੀ ਸ਼ੋਅ ਕਰਕੇ ਆਇਆ ਤਾਂ ਇਹੀ ਗੀਤ ਜਿਹੜੇ ਅ ਇੱਥੇ ਯੂਕੇ ਤਿਆਰ ਹੋਏ ਸੀ ਮੇਰੇ ਗੀਤ ਕਾਫੀ ਉਹਨਾਂ ਗੀਤਾਂ ਨਾਲ ਰਾਹੀ ਮੈਨੂੰ ਪਿਆਰ ਦਿੱਤਾ ਜਿੱਦਾਂ ਤੇ ਇੰਡੀਆ ਦੇ ਵਿੱਚ ਵੀ ਮੇਰੇ ਜਿੰਨੇ ਸ਼ੋਅ ਨੇ ਦਾ ਯੂਕੇ ਦੇ ਯੂਕੇ ਦਾ 뮤직 ਬਹੁਤ ਜ਼ਿਆਦਾ ਹੀ ਖੜਖੜਾ ਉਹਦੇ ਤੇ ਚੱਲਦਾ ਹੈ ਔਰ ਤੁਸੀਂ ਜ਼ਿਕਰ ਕੀਤਾ ਕੈਨੇਡਾ ਦਾ ਔਰ ਵੰਡਰਲੈਂਡ ਦੇ ਵਿੱਚ ਤੁਹਾਡੇ ਨਾਲ ਇੱਕ ਹਾਦਸਾ ਹੋਇਆ ਉਸ ਤੇ ਬਾਰੇ ਥੋੜੇ ਦੱਸੋ ਜਦੋਂ ਕਿ ਸਰੋਤੇ ਥੋੜੇ ਜਿਹਾ ਤੁਹਾਡੇ ਨਾਲ ਗੁੱਸੇ ਹੋ ਗਏ ਜਾਂ ਤੁਸੀਂ ਉਹਨਾਂ ਨਾਲ ਗੁੱਸੇ ਹੋ ਗਏ ਉਹ ਕੀ ਹੋਇਆ ਦੇਖੋ ਜੀ ਕੋਈ ਹਾਦਸੇ ਵਾਲੀ ਗੱਲ ਨਹੀਂ ਆਪੋਜੀਟ ਪਾਰਟੀ ਸੀ ਦੋ ਪਾਰਟੀਆਂ ਸੀ ਜੀ ਠੀਕ ਹੈ ਜੀ ਸਾਡਾ ਜਿਹੜਾ ਜਗਿੰਦਰワਸੀ ਦਾ ਪ੍ਰੋਗਰਾਮ ਸੀ ਪ੍ਰੋਗਰਾਮ ਕਾਫੀ ਜਿੱਦਾਂ ਸੁਪਰਸਟਾਰ ਜਾ ਰਿਹਾ ਸੀ ਅੱਛਾ ਹਾਂ ਦੂਸਰੀ ਸਾਈਡ ਤੇ ਹੋਰ ਸਿੰਗਰ ਲੱਗਿਆ ਸੀ ਇਧਰ ਸਾਡਾ ਪ੍ਰੋਗਰਾਮ ਸੀ ਜਾਨਕਿ ਦੋ ਪ੍ਰੋਗਰਾਮ ਸੇਮ ਡੇ ਇੱਕ ਟੋਨ ਦੇ ਵਿੱਚ ਹੋ ਰਿਹਾ ਸੀ ਹਾਂ ਜੀ ਉਹਨਾਂ ਦਾ ਅਲੱਗ ਸੀ ਸਾਡਾ ਵੰਡਰਲੈਂਡਸ ਦੇ ਵਿੱਚ ਸੀ ਤੇ ਜਦੋਂ ਮੇਰੀ ਵਾਰੀ ਆਈ ਕਿ ਜਿਨ੍ਹਾਂ ਨੇ ਐਸਾ ਕੋਈ ਰੋਲਾ ਪਾਉਣਾ ਸੀ ਉਹਨਾਂ ਨੇ ਕਿਹਾ ਵੀ ਇਹਨਾਂ ਪ੍ਰੋਗਰਾਮ ਪਾਸ ਨਹੀਂ ਜਾਣਾ ਵੇ ਹੋਵੇ ਨਾ ਕਿ ਇਹਨਾਂ ਦੇ ਪ੍ਰੋਗਰਾਮ ਦੇ ਵਿੱਚ ਕੋਈ ਨਾ ਕੋਈ ਪੰਗਾ ਪਾ ਦੀ ਆਪਾਂ ਹਜੇ ਮੈਂ ਇੱਕ ਦੋ ਗੀਤ ਕਿਉਂ ਮੇ ਜਿਹੜੀਆਂ ਕੁੜੀਆਂ ਬਾਰੇ ਉਹਨਾਂ ਨੇ ਦੱਸਿਆ ਸੀ ਵੇ ਕੁੜੀਆਂ ਨਾਲ ਸੀ ਦੇ ਡਾਂਸ ਕਿਉ ਕੁੜੀਆਂ ਨਾਲ ਪਿੱਛੇ ਤਿਆਰੀ ਕਰੀ ਜੀ ਕੁੜੀ ਦੇ ਮੰਮੀ ਪਾਪਾ ਜੀ ਨਾਲ ਸੀ ਹੂੰ ਹੂੰ ਠੀਕ ਆ ਜੀ ਉਸ ਤੋਂ ਬਾਅਦ ਮੁੰਡਾ ਨਾਲ ਜਿਹਨੇ ਮੁੰਡੇ ਨੇ ਤਿਆਰੀ ਕਰਾਈ ਉਹ ਵੀ ਨਾਲ ਸੀ ਠੀਕ ਆ ਜੀ ਇਹ ਤਾਂ ਜਾਣ ਕੇ ਉਹਨਾਂ ਨੇ ਪੰਗਾ ਪਾਇਆ ਕਿ ਪ੍ਰੋਗਰਾਮ ਬੰਦ ਕਰੀ ਮੈਂ ਪ੍ਰੋਗਰਾਮ ਜਦੋਂ ਉਹਨਾਂ ਨੇ ਕਿਹਾ ਬੰਦ ਕਰੋ ਮੈਂ ਕਿਹਾ ਨਹੀਂ ਮੈਂ ਪ੍ਰੋਗਰਾਮ ਨਹੀਂ ਬੰਦ ਕਰਦਾ ਮੈਂ ਲਾ ਕੇ ਜਾਊਂਗਾ ਹੂੰ ਠੀਕ ਹੈ ਜੀ ਅਸੀਂ ਫਿਰ ਵੀ ਮਾਈਕ ਛੱਡ ਕੇ ਨਹੀਂ ਭੱਜੇ ਉੱਥੇ ਹਾਂ ਹਾਂ ਠੀਕ ਹੈ ਜੀ ਉਸ ਤੋਂ ਬਾਅਦ ਸਾਡਾ ਫਿਰ ਵੀ ਦੇਰ ਰਾਤ ਤੱਕ ਪ੍ਰੋਗਰਾਮ ਚੱਲਦਾ ਰਿਹਾ ਉਹਦਾ ਆਪਣੀ ਇੱਕ ਛੋਟੇ ਜਿਹਾ ਪਰਿਵਾਰ ਆ ਸੰਗੀਤ ਦਾ ਭੰਗੜੇ ਸੰਗੀਤ ਦਾ ਪੰਜਾਬੀ ਸੰਗੀਤ ਦਾ ਇਦਾਂ ਹੋਣਾ ਨਹੀਂ ਚਾਹੀਦਾ ਜਾਨਿ ਕਿ ਖੜਕਾ ਦੜਕਾ ਆਪੋ ਆਪਣੀ ਸੋਚਣੀ ਹੈ ਜੀ ਹਾਂ ਹਾਂ ਠੀਕ ਹੈ ਜੀ ਹੁਣ ਤੁਸੀਂ ਸੋਚਦੇ ਹੋ ਵੀ ਹੋਣਾ ਨਹੀਂ ਚਾਹੀਦਾ ਕਈ ਸੋਚਦੇ ਨੇ ਕਿ ਹੋਣਾ ਹੀ ਜ਼ਰੂਰ ਚਾਹੀਦਾ ਏ ਠੀਕ ਹੈ ਨਾ ਕਿ ਜਦੋਂ ਸਾਡੀ ਸਾਈਡ ਤੇ ਸਾਡੀ ਸਟੇਜ ਤੇ ਪੰਗਾ ਪਿਆ ਆਪੋਜੀਟ ਜਿਹੜੀ ਦੂਜੀ ਸਟੇਸ 'ਤੇ ਉੱਥੇ ਵੀ ਪੰਗਾ ਜਦਾ ਹੀ ਪੈ ਗਿਆ। ਬੋਤਲਾਂ ਉੱਥੇ ਵੀ ਚੱਲਣ ਲੱਗ ਗਈਆਂ। ਹਾਂ। ਠੀਕ ਹੈ। ਕਿਉਂ ਨਾ ਮੰਨੀਏ ਕਿ ਆਪੋਜੀਟ ਪਾਰਟੀ ਉਹਨੇ ਦੋਨਾਂ ਦੀ ਆਪਸ ਦੇ ਵਿੱਚ ਲੜਦੀ ਸੀ। ਜੀ ਜੀ। ਇਸ ਕਾਰਨ ਕੋਈ ਮੇਰੇ ਖਿਲਾਫ ਕੋਈ ਰੌਲਾ ਨਹੀਂ ਸੀ। ਅ ਜੋ ਵੀ ਬਾਕੀ ਮੈਂ ਸੂਝਵਾਨ ਨੌਜਵਾਨ ਵੀਰਾਂ ਨੂੰ ਇੱਕ ਗੱਲ ਕਹਿਣਾ ਕਿ ਜੋ ਇੰਟਰਨੈਟ ਹੈ ਕਿ ਉਹ ਆਪਣੇ ਕੰਮ ਲਈ ਬਣਾਇਆ ਗਿਆ। ਕਿ ਉਹਦੇ ਤੇ ਕਿਸੇ ਦਾ ਗਲਤ ਫਾਇਦਾ ਨਾ ਠਾਓ। ਕਿਸੇ ਦੀ ਗਲਤ ਵੀਡੀਓ ਬਣਾ ਕੇ ਇੰਟਰਨੈਟ ਤੇ ਨਾਂ ਛੱਡੋ ਅਸੀਂ ਤੁਹਾਡਾ ਕੁਝ ਨਹੀਂ ਵਿਗਾੜਿਆ ਅਸੀਂ ਤੁਹਾਡੇ ਮਨੋਰੰਜਨ ਲਈ ਐਨੀ ਦੂਰ ਤੋਂ ਇੰਡੀਆ ਦੀ ਧਰਤੀ ਤੋਂ ਦੇਖੋ ਕਿੱਥੇ ਪਹੁੰਚਦੇ ਆ ਸਿਰਫ ਤੁਹਾਨੂੰ ਖੁਸ਼ ਕਰਨ ਲਈ ਜੇ ਉਹੀ ਤੁਸੀਂ ਵੀਡੀਓ ਸਾਡੀ ਤਿਆਰ ਕਰਕੇ ਸਾਡੀ ਗਲਤ ਵੀਡੀਓ ਬਣਾਓਗੇ ਅਚਾਨਕ ਹੀ ਜਿੱਦਾਂ ਬੈਠੇ ਤੇ ਵੀਡੀਓ ਬਣਾ ਕੇ ਇੰਟਰਨੈਟ ਤੇ ਛੱਡ ਦਿੰਨੇ ਬਹੁਤ ਮਾੜੀ ਗੱਲ ਹੈ ਮੈਂ ਉਸ ਨੂੰ ਚੰਗਾ ਨਹੀਂ ਸਮਝਦਾ ਪਾਜੀ ਐਜ਼ ਐਜ਼ ਅ ਸੁਪਰਸਟਾਰ ਜਿਹੜੀ ਤੁਸੀਂ ਗੱਲ ਕੀਤੀ ਬੜੀ ਐਕਸਲ ਦਰਜੇ ਵਾਲੀ ਗੱਲ ਕੀਤੀ ਆ ਕਿਉਂਕਿ ਜੇ ਤੁਸੀਂ ਆਪਣੇ ਯਾਰਾਂ ਦੋਸਤਾਂ 'ਚ ਬੈਠੇ ਬੰਦਾ ਰਿਲੈਕਸਮੈਂਟ ਤੁਹਾਡਾ ਮੈਂ ਜਿਹੜੀ ਤੁਸੀਂ ਜਿਹਦਾ ਜ਼ਿਕਰ ਕਰਦੇ ਹੋ ਉਹਦੇ ਮੈਨੂੰ ਪਤਾ ਤੁਸੀਂ ਕਿਹੜੀ ਗੱਲ ਕਰਦੇ ਆ ਔਰ ਇਹਦੇ ਵਿੱਚ ਇਦਾਂ ਕਿ ਤੁਹਾਨੂੰ ਥੋੜਾ ਜਿਹਾ ਆਪਣਾ ਆਪ ਹੁਣ ਦੇਖ ਕੇ ਚੱਲਣਾ ਚਾਹੀਦਾ ਥੋੜਾ ਜਿਹਾ ਜਾਨੀ ਕਿ ਵੀ ਯੂ ਨੋ ਕੋਈ ਐਸੀ ਗੱਲ ਨਾ ਹੋ ਜਵੇ ਕੋਈ ਕਿ ਅੱਜ ਕੱਲ ਵੀਡੀਓ ਫੋਨ ਤਾਂ ਹਰੇਕ ਦੇ ਹੱਥ ਦੇ ਵਿੱਚ ਆ ਔਰ ਤੁਸੀਂ ਉਹ ਉਸ ਬੰਦੇ ਤੇ ਭਰੋਸਾ ਕਰਦੇ ਹੋ ਔਰ ਤੁਹਾਡਾ ਭਰੋਸਾ ਤੋੜ ਦਿੰਦਾ ਜਾਨੀ ਕਿ ਇਦਾਂ ਅੱਜ ਕੱਲ ਬਾ ਨਯਾਜ ਫਾਇਦਾ ਹੀ ਹੋ ਹੀਟ ਆਉਂਦਾ ਭਾਜੀ ਹੁਣ ਸੁਖੀ ਬਾਜੀ ਤੁਸੀਂ ਬੈਠੇ ਹੋ ਕਿ ਮੈਂ ਤੁਹਾਡੇ ਨਾਲ ਗੱਲਾਂ ਆਚਾਰ ਕਰਦਾ ਮੈਨੂੰ ਨਹੀਂ ਪਤਾ ਵੀ ਕਿ ਪਿੱਛੋਂ ਮੇਰੀ ਵੀਡੀਓ ਬਣਾ ਰਹੇ ਨੇ ਹਮ ਹਮ ਠੀਕ ਹੈ ਜੀ ਪਿੱਛੋਂ ਵੀਡੀਓ ਬਣਾ ਕੇ ਉਸੇ ਟਾਈਮ ਪਤਾ ਲੱਗਣਾ ਜਦੋਂ ਇੰਟਰਨੈਟ ਤੇ ਛੱਡ ਦਿੰਦੇ ਹਮ 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 ਐਂਡ ਦੈਟਸ ਵਾਈ ਵੀ ਡੋਟ ਪੁਟ ਆਰ ਵੀਡੀਓਜ਼ ਔਨ ਦ ਇੰਟਰਨੈਟ ਨਾਟ ਐਟ ਦ ਮੂਮੈਂਟ ਐਨੀਵੇ ਅਮ ਸੋ ਬਾਜੀ ਗੱਲਬਾਤ ਕਰਦੇ ਐਕਚੁਅਲੀ ਮੈਂ ਉਸ ਕੱਕੇ ਦੇ ਨਾਲ ਵੀ ਸਾਡੀ ਮੁਲਾਕਾਤ ਕਰਾਓ ਸੰਤੋਖ ਬਾਜੀ ਹੁਣ ਮੈਨੂੰ ਤੁਹਾਡਾ ਨਾਮ ਪਤਾ ਲੱਗਿਆ ਉਹ ਤੁਸੀਂ ਉਦਾਂ ਵੈਸੇ ਸੰਤੋਖ ਦੇ ਵਿੱਚੋਂ ਹੁਣ ਸੰਤੋਖ ਉਹਦਾ ਸੰਤੋਖ ਤੁਹਾਨੂੰ ਜ਼ਿੰਦਗੀ ਦੇ ਸਕੂਨ ਹੈਗਾ ਕਿਉਂਕਿ ਤੁਹਾਡੇ ਨਾਂ ਦਾ ਮਤਲਬ ਸੰਤੋਖ ਨੇ ਸਕੂਨ ਬਿਲਕੁਲ ਜੀ ਬਿਲਕੁਲ ਸੰਤੋਖ ਇਹ ਮੈਂ ਸੰਦਾ ਆਪਣੇ ਸੁਭਾਅ ਨੂੰ ਸੰਤੋਖ ਚ ਹੀ ਰੱਖਿਆ ਵੈਰੀ ਗੁੱਡ ਉਹਦਾ ਤੁਸੀਂ ਰਿਲੈਕਸ ਆ ਮੈਂ ਆਪਣੀ ਸਟੇਜ ਦੇ ਉੱਤੇ ਵੀ ਕਦੇ ਵੀ ਗਰਮ ਨਹੀਂ ਹੋਇਆ ਹਾਂ ਹਾਂ ਜਾਂ ਕਿਸੇ ਕੋਈ ਸਰੋਤਾ ਕੋਈ ਡਿਮਾਂਡ ਕਰਦਾ ਹੈਗਾ ਕੋਈ ਐਸੀ ਨਹੀਂ ਉਹਨੂੰ ਇਹ ਨਹੀਂ ਕਿਹਾ ਵੀ ਨਹੀਂ ਲੱਗੂਗੀ ਹਾਂ ਹਾਂ ਉਹਨੂੰ ਕਹਿੰਦੇ ਕੋਈ ਨਹੀਂ ਦੋਸਤ ਹੈ 10 ਮਿੰਟ ਖੜ ਜਾ ਤੇਰੀ ਫਰਮਾਇਸ਼ ਪੂਰੀ ਕਰਾਂਗਾ ਯਾ ਬਾਸ ਦੈਟਸ ਰੀ ਨਾਈਸ ਭਈ ਉਹਨਾਂ ਦੇ ਨਾਲ ਸਾਡੀ ਮੁਲਾਕਾਤ ਕਰਾਓ ਕਿ ਜਦੋਂ ਸੰਗੀਤ ਦੀ ਦੁਨੀਆ ਦੇ ਦਰਵਾਜ਼ੇ ਬੰਦ ਹੋ ਜਾਂਦੇ ਆ ਐਕਚੁਅਲੀ ਕਾਕਾ ਜਦੋਂ ਆਪਣੇ ਪਰਿਵਾਰ ਦੇ ਵਿੱਚ ਬਿੰਦਾ ਆ ਤੁਹਾਡੇ ਪਰਿਵਾਰ ਦੇ ਮੈਂਬਰਾਂ ਦੇ ਬਾਰੇ ਸਾਨੂੰ ਦੱਸੋ ਤੁਹਾਡੇ ਬੱਚਿਆਂ ਦੇ ਬਾਰੇ ਦੱਸੋ ਵੀ ਤੁਸੀਂ ਉਦੋਂ ਕੀ ਕਰਦੇ ਆਪਣੇ ਮਨੋਰੰਜਨ ਵਾਸਤੇ ਦੇਖੋ ਜੀ ਮੇਰੀਆਂ ਦੋ ਬੇਟੀਆਂ ਇੱਕ ਬੇਟਾ ਜੀ ਠੀਕ ਹੈ ਜੀ ਮੇਰੀ ਵਾਈਫ ਬਹੁਤ ਕਾਫੀ ਨਾਈਸ ਜਿੱਦਾਂ ਜੀ ਮੇਰੇ ਪਰਿਵਾਰ ਦੇ ਜਿੰਨੇ ਵੀ ਮੈਂਬਰ ਨੇ ਸਭ ਦਾ ਯੋਗਦਾਨ ਆ ਮੈਨੂੰ ਠੀਕ ਆ ਕਿਸੇ ਨੇ ਅੱਜ ਤੱਕ ਇਹ ਨਹੀਂ ਰੋਕਿਆ ਵੀ ਗਾਉਣਾ ਛੱਡ ਦੇ ਵੀ ਕਿੱਥੇ ਚੱਲਿਆ ਵੀ ਰਿਆਜ ਕਿਉਂ ਕਰ ਰਿਹਾ ਗੀਤ ਕਿਉਂ ਯਾਦ ਕਰ ਰਿਹਾ ਮਤਲਬ ਮੇਰਾ ਇੰਨਾ ਸੁਭਾਅ ਖੁਸ਼ ਹੁੰਦਾ ਘਰੇ ਬੈਠ ਕੇ ਵੀ ਉੱਚੀ ਉੱਚੀ ਹੇਕਾ ਲਾਉਣਾ ਜਦੋਂ ਤਾਂ ਮੈਂ ਆਪਣੇ ਬੇਟੇ ਨੂੰ ਕਦੇ ਅੱਜ ਤੱਕ ਸਿਖਾਇਆ ਨਹੀਂ ਜੇ ਤੁਸੀਂ ਸੁਣੋਗੇ ਤਾਂ ਤੁਸੀਂ ਕਹਿਣਾ ਵੀ ਦੂਜਾ ਕਾਕਾ ਜੀ ਭਾਜੀ ਲਾਈਵ ਦੇ ਵਿੱਚ ਤੁਹਾਨੂੰ ਕਿੰਨਾ ਮਜ਼ਾ ਆਉਂਦਾ ਤੇ ਪੀਏ ਦੇ ਵਿੱਚ ਕਿੰਨਾ ਮਜ਼ਾ ਦੋਨਾਂ ਦਾ ਕੀ ਵੱਖਰਾ ਜਣ ਕੇ ਹੈ ਦੇਖੋ ਜੀ ਜੋ ਸਾਨੂੰ ਲਾਈਵ ਦੇ ਵਿੱਚ ਮਜ਼ਾ ਆਉਂਦਾ ਹੈ ਨਾ ਉਹਨਾ ਪੀਏ ਦੇ ਵਿੱਚ ਨਹੀਂ ਹਮਮ ਠੀਕ ਹੈ ਨਾ ਲਾਈਵ ਦੇ ਵਿੱਚ ਆ ਕਿ ਅਸੀਂ ਆਪਣੀ ਮਰਜ਼ੀ ਨਾਲ ਲਗਾਉਣਾ ਮਰਜ਼ੀ ਨਾਲ ਸੰਗੀਤ ਵਜਾਉਣਾ ਹਮਮ ਠੀਕ ਹੈ ਬੈਂਡ ਸਾਡਾ ਆਪਣਾ ਹੁੰਦਾ ਠੀਕ ਹੈ ਸਾਡਾ ਦਿਲ ਕਰੇ ਜਿੱਥੇ ਮਰਜ਼ੀ ਰੁਕਣਾ ਜਿੱਥੇ ਚੱਕਣਾ ਜੋ ਵੀ ਹੈਗਾ ਤੇ ਸਾਡੇ ਜੋ 뮤జిਸ਼ੀਅਨ ਹੁੰਦੇ ਨੇ ਉਹਨਾਂ ਨੂੰ ਪਤਾ ਹੁੰਦਾ ਠੀਕ ਹੈ ਕਿ ਨਹੀਂ ਤੇ ਜਿਹੜਾ ਬੈਂਡ ਆ ਉਹਨਾਂ ਸੌਰੀ ਪੀ ਐਨ ਪੀ ਐ ਨਾ ਉਹਦੇ ਚ ਇੱਕ ਬੰਦਸ਼ ਜੀ ਹੋ ਜਾਂਦੀ ਹੈ ਠੀਕ ਹੈ ਨਾ ਜਿਹੜਾ ਲਾਈਵ ਪ੍ਰੋਗਰਾਮ ਹੈ ਬੈਂਡ ਵਾਲਾ ਉਹਨੇ ਸਾਡੇ ਪਿੱਛੇ ਚੱਲਣਾ ਸਾਨੂੰ ਪੀ ਐ ਦੇ ਪਿੱਛੇ ਚੱਲਣਾ ਪਏ ਥੋੜੇ ਜਿਹਾ ਬੰਦਾ ਵੱਧ ਜਾਂਦਾ ਆਫਸਰ ਇਨ ਕਨਵਰਸੇਸ਼ਨ ਵਿਦ ਕਾਕਾ ਵੀ ਬੀ ਬੈਕ ਆਫਟਰ ਥਿਸ ਬ੍ਰੇਕ